को क्या कहते हैं, नहीं ले जा रहे हैं, कहते हैं कंडक्टर कूद आ गया, ये बच्चों को कूद रहे हैं लोग, बच्चों को कूद रहे हैं। ਦੇਖ ਲਓ ਤੁਹਾਡੇ ਸਾਹਮਣੇ ਦੀ ਗੱਲ ਹੈ ਜੀ, ਤੁਹਾਡੇ ਸਾਹਮਣੇ ਦੀ ਗੱਲ ਹੈ, ਕੋਈ ਨਹੀਂ ਰੋਕ ਰਹੇ। ਹੁਣ ਹੀ ਪੁਲਿਸ ਮੈਨ ਨੇ ਇਹਨੇ ਕਿਹਾ ਬੜੇ 52 ਸਵਾਰੀਆਂ ਦਾ, ਛੱਡੋ ਸਾਨੂੰ ਲੈ ਕੇ ਨਹੀਂ ਜਾ ਰਹੇ ਨੇ। ਚੰਗਾ ਜੀ, ਗੱਡੀ ਰੋਕੀ ਆ ਕਦੇ ਵਾਸਤੇ ਰੋਕੀ ਜੀ? ਉਹ ਸਰ ਕੋਈ ਗੱਲ ਹੈਗੀ ਨਹੀਂ ਹੈਗੀ, ਬਸ ਰੂਲ ਫੋਲੋ ਕਰ ਰਹੇ ਆ ਜਿਹੜੇ ਤੋੜਦੇ ਆ, ਅਤੇ 52 ਸਵਾਰੀਆਂ ਦੇ। ਚਲੋ ਫਿਰ ਵੀ ਸਾਡੇ ਪ੍ਰਧਾਨਾਂ ਨੇ ਕਿਹਾ ਵੀ ਪਹਿਲੇ ਟਾਈਮ ਅਤੇ ਲਾਸਟ ਟਾਈਮ ਤੁਸੀਂ 2-4 ਬੰਦੇ ਲੈ ਕੇ ਜਾ ਸਕਦੇ ਜੀ, ਅਤੇ ਲੈ ਕੇ ਵੀ ਜਾ ਰਹੇ ਹਾਂ। ਫਿਰ ਇੱਥੇ ਕੋਈ ਸਟੂਡੈਂਟ ਹੀ ਸ਼ੇਰਪੁਰ ਚੌਂਕ, ਅਤੇ ਮਤਲਬ ਕਿ 30-35 ਜਾਣੇ ਹੋਣਗੇ, ਅਤੇ ਸਾਡੀ ਬੱਸ ਤਕਰੀਬਨ ਪਹਿਲਾਂ ਖੁੱਲ੍ਹ ਗਈ, ਅਤੇ ਇੱਕ ਸੀਟ 'ਤੇ 6-6 ਜਾਣੇ ਬੈਠ ਗਏ, ਕੋਈ ਗੋਦੀਆਂ 'ਚ ਬੈਠ ਗਏ, ਕੋਈ ਸੀਟਾਂ ਦੇ ਉੱਪਰ। ਇਹਨਾਂ ਨੇ ਕਿਹਾ ਵੀ ਭਾਈ ਤੁਸੀਂ ਇੱਦਾਂ ਨਾ ਬੈਠੋ, 3 ਸੀਟਾਂ ਦੀ ਬੰਦਿਆਂ ਦੀ ਸੀਟ, 3 ਜਾਣੇ ਬੈਠੋ। ਇਹਨਾਂ ਦੇ ਨਹੀਂ ਭਾਈ, ਅਸੀਂ ਇੱਦਾਂ ਬਹਿ ਕੇ ਚੱਲ ਜਾਵਾਂਗੇ, ਅਤੇ ਪਰ ਅਸੀਂ ਉਤਰਨਾ ਨਹੀਂ ਹਾਂ। ਅਤੇ ਮੈਂ ਤਾਂ ਇਹੋ ਕਿਹਾ ਮਹਾਂ ਭਾਈ ਉਤਰਨਾ ਪੈਣਾ ਤੁਹਾਨੂੰ, ਸਾਨੂੰ ਜਿੰਨੀ ਕਪੈਸਿਟੀ ਲਾਊਂਗਾ ਅਸੀਂ ਉਸੇ ਹਿਸਾਬ ਨਾਲ ਕਰਾਂਗੇ। ਅਤੇ ਇਹ ਨਹੀਂ ਉਤਰਿਆ, ਮੈਂ ਥੱਲੇ ਉਤਰ ਗਿਆ, ਮਹਾਂ ਭਾਈ ਫਿਰ ਗੱਡੀ ਰੁਕ ਜਾਣੀ ਜੇ, ਫਿਰ ਨਹੀਂ ਜਾਏਗਾ ਮੈਂ, ਫਿਰ ਇੱਦਾਂ ਤਾਂ ਗੱਡੀ ਚੱਲਣੀ ਨਹੀਂ ਅੱਗੇ। ਫਿਰ ਸਵਾਰੀਆਂ ਕੁਝ ਉਹਨਾਂ ਨੇ ਕਿਹਾ ਵੀ ਹੈਲੋ ਹਰਾਸਮੈਂਟ ਨਾ ਕਰੋ ਇਹਨਾਂ ਸਟੂਡੈਂਟਾਂ ਨੂੰ, ਅਤੇ ਤੁਸੀਂ ਮਤਲਬ ਕਿ ਉਹਨਾਂ ਨੂੰ ਜਿੰਨੀ ਕਪੈਸਿਟੀ ਲਾਊਡ ਉਹਨੇ ਲੈ ਕੇ ਜਾਣਗੇ, ਉਹ ਫਿਰ ਵੀ ਤੁਸੀਂ ਵੱਧ ਜੇ ਫਿਰ ਵੀ ਉਹ ਲੈ ਕੇ ਜਾਣਦਾ। ਅਤੇ ਉਹਨਾਂ ਦੇ ਵੀ ਗੱਲ ਗੁਲ ਪੈ ਗਏ ਬੱਚੇ ਵਿੱਚੋਂ, ਇੱਕ ਦੀ ਤਾਂ ਚਲੋ ਪੱਗ ਵਿਚਾਰੇ ਦੀ ਲੱਤ ਗਈ, ਅਤੇ ਫਿਰ ਸਾਡੇ ਇੰਸਪੈਕਟਰ ਆਏ ਡੀਪੂ ਵਿੱਚੋਂ, ਫਿਰ ਡੀਪੂਆਂ ਦੇ ਵੀ ਗੱਲ ਪੈ ਗਏ ਉਹਨਾਂ ਦੇ ਇੰਸਪੈਕਟਰਾਂ ਦੇ, ਅਤੇ ਇੱਥੋਂ ਮੁਲਾਜ਼ਮ ਗਿਆ ਚੌਂਕੀ 'ਚੋਂ, ਚਲੋ ਕੋਈ ਦਬਕਾ ਦੁਬਕਾ ਮਾਰ ਦਿੰਦੇ ਬੱਚੇ ਆ, ਅਤੇ ਫਿਰ ਉਹਨਾਂ ਦੇ ਵੀ ਵਿਚਾਰੇ ਨੇ ਗੱਲ ਗੁਲ ਪੈ ਜਾਂਦੇ ਆ ਦੂਜਿਆਂ ਦੇ ਮੁਲਾਜ਼ਮਾਂ ਦੇ। ਫਿਰ ਇਹੀ ਚੱਕਰ ਹੋਇਆ ਜੀ। ਅਤੇ ਹੁਣ ਉਹਨਾਂ ਦੀ ਫੈਮਿਲੀ ਵਾਲੇ ਆਏ ਆ, ਕਹਿੰਦੇ ਕਿ ਕੋਈ ਬਦਤਮੀਜ਼ੀ ਕੀਤੀ ਗਈ ਆ,
ਬਦਤਮੀਜੀ ਨਹੀਂ ਜੀ, ਕਿਸੇ ਨਾਲ ਵੀ ਹੋਈ ਬਦਤਮੀਜੀ ਤਾਂ ਤੁਹਾਡੇ ਸਾਹਮਣੇ ਹੀ ਆ। ਇੱਥੇ ਕਿਸੇ ਮੁਲਾਜ਼ਮ ਹੀ ਇਹਨਾਂ ਨੂੰ ਲੈ ਗਏ, ਅਸੀਂ ਤਾਂ ਕਿਸੇ ਨੇ ਕੁਝ ਕਿਹਾ ਹੀ ਨਹੀਂ। ਅਸੀਂ ਤਾਂ ਕਹਿੰਦੇ ਚਲੋ ਕੋਈ ਨਹੀਂ, ਬੱਚੇ ਆ ਜਿੱਦਾਂ ਵੀ ਚਲੋ ਦੱਸਣਾ ਠੀਕ ਹੈ, ਚਲੋ ਛੱਡੋ ਖੜਾ ਗੱਲ ਨੂੰ ਬੇੜੋ, ਅਤੇ ਅਸੀਂ ਤਾਂ ਕੋਈ ਐਡੀ ਗੱਲ ਕੀਤੀ ਨਹੀਂ ਆ। ਬੱਚੇ ਆ ਇਹਨਾਂ ਨੂੰ ਲਾ ਕੇ ਜਾਣਾ ਆਪਾਂ, ਬਸ ਇਹੀ ਚੱਕਰ ਆ, ਹੋਰ ਕੋਈ ਗੱਲ ਨਹੀਂ ਹੋਈ। ਠੀਕ।